ਬਈ ਮੇਰੇ ਵੱਲੋਂ ਕੋਈ ਟ੍ਰਿਬਿਊਟ ਨਹੀਂ ਆਉਣ ਲੱਗਿਆ ਸਿੱਧੂ ਤੇ, ਹਨਾ, ਮੈਂ ਸਿੱਧੂ ਤੇ ਕੋਈ ਟ੍ਰਿਬਿਊਟ ਨਹੀਂ ਲਿਖਣਾ ਚਾਹੁੰਦਾ। ਟ੍ਰਿਬਿਊਟ ਟਵਿੱਟਰ ਬੈਠੇ, ਇਹ ਗੱਲਾਂ ਬਰਸਾਤੀ ਡੱਡੂਆਂ ਵਰਗੀਆਂ ਨੇ। ਮੈਂ ਤੁਹਾਡੇ ਸਾਰਿਆਂ ਨੂੰ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਸੇ ਬੰਦੇ ਨੂੰ ਹੁਣ, ਮਤਲਬ ਜੇ ਕੋਈ ਬੰਦਾ ਤੁਹਾਨੂੰ ਕੋਈ ਸੋਚ ਤੇ ਲੈ ਕੇ ਜਾਂਦਾ ਸੀਗਾ, ਜਿਵੇਂ ਕੋਈ ਬੰਦਾ ਚਾਹੁੰਦਾ ਸੀ ਕਿ ਤੁਸੀਂ ਉਹਦੀ ਸੋਚ ਤੇ ਖੜੋ, ਤੇ ਤੁਸੀਂ ਉਹਦੀ ਸੋਚ ਨੂੰ ਐਕਸੈਪਟ ਕਰੋਗੇ ਕਿ ਉਹੀ ਬੰਦੇ ਦੇ ਉਹ ਕਰੀ ਜਾਓਗੇ ਕਿ ਹੁਣ ਸਾਡੇ ਵਿੱਚੋਂ ਚਲੇ ਗਿਆ, ਕਿ ਹੁਣ ਇਹਨੂੰ ਅਸੀਂ ਟ੍ਰਿਬਿਊਟ ਦੇ ਦਈਏ, ਆਹ ਕਰ ਦਈਏ, ਉਹ ਕਰ ਦਈਏ, ਹਨਾ। ਜਸਟ ਅ ਰੈਂਡਮ ਕੁਐਸਚਨ, ਮੈਨੂੰ ਦੱਸਿਓ, ਹਨਾ। ਹਾਂ, ਮੈਨੂੰ ਪਹਿਲੇ ਦਿਨ ਤੋਂ ਹੀ, ਜਿਵੇਂ ਜਿਹੜਾ ਵੀ ਹੋਇਆ ਆਪਾਂ ਨੂੰ ਸਭ ਨੂੰ ਪਤਾ, ਹਨਾ, ਸਿੱਧੂ ਦੀ ਡੈਥ ਤੋਂ ਬਾਅਦ, ਲਾਈਕ ਮੈਨ ਪੀਪਲ ਆਰ ਫਕਿੰਗ ਕ੍ਰੇਜ਼ੀ, ਟੂ ਬੀ ਓਨੈਸਟ, ਹਨਾ, ਪੀਪਲ ਆਰ ਫਕਿੰਗ ਕ੍ਰੇਜ਼ੀ ਮੈਨ, ਆਈ ਡੋਂਟ ਵਾਂਟ ਟੂ ਲਾਈ, ਕਿ ਜਦੋਂ ਮੈਂ ਸਿੱਧੂ ਨੂੰ ਡਿਸ ਕੀਤਾ ਸੀ ਉਸ ਟਾਈਮ 'ਤੇ, ਤੁਸੀਂ ਕੀ ਕਹਿੰਦੇ ਹੋ, ਉਸ ਟਾਈਮ 'ਤੇ ਮੇਰੇ ਫੋਲੋਅਰ ਵੀ ਡਾਊਨ ਗਏ, ਉਸ ਟਾਈਮ 'ਤੇ ਮੈਨੂੰ ਬਥੇਰੇ ਆਣਿਆਂ ਨੇ ਕਿਹਾ ਤੂੰ ਕਿਉਂ ਐਂ ਕੀਤਾ ਉਹ ਕੀਤਾ, ਅਤੇ ਜਦੋਂ ਮੈਂ ਸਿੱਧੂ ਦੀ ਪੋਸਟ ਪਾਤੀ ਉਦੋਂ ਤੁਹਾਨੂੰ ਨਸੀਬ ਬਹੁਤ ਚੰਗਾ ਲੱਗਣ ਲੱਗ ਗਿਆ, ਹਨਾ, ਇੱਕਦਮ ਤੋਂ ਹੀ, ਕਿ ਮੇਰੇ ਫੋਲੋਅਰ ਅੱਪ ਜਾਣ ਲੱਗ ਗਏ। ਪਰ ਮੈਨੂੰ ਲੱਗਦਾ ਕਿ ਇੱਥੋਂ ਮੈਨੂੰ ਲੋਕਾਂ ਦੀ ਸੋਚ ਦਾ ਅੰਦਾਜ਼ਾ ਹੋਇਆ ਕਿ ਲੋਕ ਕਿੰਨੀ ਛੇਤੀ ਫਲਿੱਪ ਕਰਦੇ ਆ, ਹਨਾ, ਗੱਲ ਤੋਂ ਕਿੰਨੀ ਛੇਤੀ ਫਲਿੱਪ ਕਰਦੇ ਆ, ਬਈ ਕੋਈ ਆਪਦੀ ਗੱਲ 'ਤੇ ਖੜਦਾ ਨਹੀਂ। ਜਦੋਂ ਸਿੱਧੂ ਵੀ ਜਿਉਂਦਾ ਸੀਗਾ ਉਸ ਟਾਈਮ 'ਤੇ ਵੀ ਸਾਰੇ, ਮਤਲਬ ਮੈਂ ਕਹਿੰਦਾ ਮੇਰੇ ਵਰਗੇ ਬਥੇਰੇ ਵਿਰੋਧੀ ਹੋਣੇ ਆ ਜਿਹੜੇ ਐਂ ਗੱਲਾਂ ਕਰਦੇ ਹੋਣੇ, ਐਂ ਕਰਦਾ ਉਹ ਕਰਦਾ, ਹੁਣ ਸਾਰੇ ਕਹੀ ਜਾਂਦੇ ਵੀ ਸਿੱਧੂ ਐਂ ਸੀ ਉਹ ਸੀ, ਹਨਾ। ਅਤੇ ਮੈਂ ਬਰੈਂਪਟਨ ਸੀਗਾ 2 ਦਿਨ ਪਹਿਲਾਂ, ਨਾਮ ਬੈਕ ਇਨ ਸਰੀ, ਅਤੇ ਬਰੈਂਪਟਨ ਮੈਨੂੰ ਬਥੇਰੇ ਮੁੰਡੇ ਮਿਲੇ ਆ, ਬਾਈ ਤੂੰ ਟ੍ਰਿਬਿਊਟ ਕਰ ਸਿੱਧੂ 'ਤੇ, ਐਂ ਲਿਖ ਉਹ ਲਿਖ, ਬਾਈ ਮੇਰੇ ਵੱਲੋਂ ਕੋਈ ਟ੍ਰਿਬਿਊਟ ਨਹੀਂ ਆਉਣ ਲੱਗਿਆ ਸਿੱਧੂ 'ਤੇ, ਹਨਾ, ਮੈਂ ਸਿੱਧੂ 'ਤੇ ਕੋਈ ਟ੍ਰਿਬਿਊਟ ਨਹੀਂ ਲਿਖਣਾ ਚਾਹੁੰਦਾ, ਕੋਈ ਕੁਛ ਨਹੀਂ ਕਰਨਾ ਚਾਹੁੰਦਾ, ਪਰ ਜਿਹੜੀ ਚੀਜ਼ ਮੈਂ ਕਰਨਾ ਚਾਹੁੰਦਾ ਅਤੇ ਜਿਹੜੀ ਚੀਜ਼ ਮੈਂ ਕਰੂੰਗਾ ਅਤੇ ਮੈਂ ਕਰ ਰਿਹਾ ਅਤੇ ਜਿਹੜੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ, ਗੌਰ ਨਾਲ ਸੁਣਿਓ, ਠੀਕ ਹੈ। ਮੈਂ ਸਿੱਧੂ ਨੂੰ ਟ੍ਰਿਬਿਊਟ ਦੇ ਕੇ ਐਂ ਨਹੀਂ ਚੰਗਾ ਨਹੀਂ ਬਣਨਾ ਚਾਹੁੰਦਾ ਤੁਹਾਡੇ ਸਾਰਿਆਂ ਮੂਹਰੇ, ਜਾਂ ਫਿਰ ਨੰਬਰ 'ਚ ਨਹੀਂ ਵੱਟਣਾ ਚਾਹੁੰਦਾ, ਪਰ ਜਿਹੜੀ ਚੀਜ਼ ਮੈਂ ਕਹਿ ਰਿਹਾ ਕਿ ਮੇਰੇ 2-3 ਰੈਪ ਰਿਕਾਰਡ ਨੇ ਜਿਨ੍ਹਾਂ 'ਚ ਦਾਰੂ ਦੀ ਗੱਲ ਹੋਈ ਆ, ਜਾਂ ਫਿਰ ਇਹੋ ਜਿਹੀ ਕੋਈ ਨਸ਼ਾ ਵਗੈਰਾ ਇਹੋ ਜਿਹੀ ਕੋਈ ਗੱਲ ਹੋਈ ਆ, ਉਹ 2-3 ਰੈਪ ਰਿਕਾਰਡਡ ਨੇ, ਮੈਂ ਉਹਨਾਂ ਦੀ ਵੀਡੀਓ ਕਰ ਚੁੱਕਿਆ, ਮੇਰੀ ਰੋਜ਼ੀ ਰੋਟੀ ਆ ਇਹ, ਅਤੇ ਮੈਂ ਉਹ ਰੈਪ ਰਿਕਾਰਡ ਨੇ, ਮੈਂ ਉਹ ਡਰੋਪ ਕਰੂੰਗਾ ਫੋਰ ਸ਼ੋਰ, ਬਟ ਉਹ ਤੋਂ ਬਾਅਦ ਮੈਂ ਆਪਦੀ ਕਲਮ ਨੂੰ ਇੱਕ ਪਾਸਿਓ ਵਰਜ ਰਿਹਾ ਕਿ ਮੈਂ ਕਦੇ ਨਸ਼ੇ ਦੀ ਗੱਲ ਨਹੀਂ ਕਰੂੰਗਾ ਆਪਦੇ ਰੈਪ ਦੇ ਵਿੱਚ। ਦੈਟਸ ਦ ਵਰਡ ਫੋਰ ਮੀ, ਹਨਾ। ਅਤੇ ਜਿਹੜੀ ਚੀਜ਼ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਮੈਂ ਪਿਛਲੇ 3-4 ਦਿਨਾਂ ਦਾ ਮੈਂ ਕੋਈ ਇਹੋ ਜਿਹੀ ਸਿੱਧੂ ਦੀ ਇੰਟਰਵਿਊ ਨਹੀਂ ਹੋਣੀ ਜਿਹੜੀ ਨਹੀਂ ਛੱਡੀ, ਲੋਕ ਹੁਣ ਸਿੱਧੂ ਦੇ ਗਾਣੇ ਸੁਣ ਰਹੇ, ਬਹੁਤ ਉਹ ਕਰ ਰਹੇ, ਬਟ ਤੁਸੀਂ ਕਿਤੇ ਨਾ ਕਿਤੇ ਉਹਦੀ ਆਈਡੀਓਲੋਜੀ ਜਿਹੜੀ ਸੀਗੀ ਉਹਨੂੰ ਫੋਲੋ ਕਰੋ, ਰੈਦਰ ਦੈਨ ਕਿ ਸਿੱਧੂ ਨੂੰ ਚੇਤੇ ਕਰੀ ਜਾਂਦੇ ਉਹਦੇ ਗਾਣੇ, ਉਹਦੇ ਬਾਰੇ ਗਾਣੇ ਟ੍ਰਿਬਿਊਟ, ਉਹਨਾਂ ਵਿੱਚ ਫਸੇ ਹੋਏ ਹੋ, ਡਿਸਟਰੈਕਟ ਨਾ ਹੋ, ਉਹਦੀ ਆਈਡੀਓਲੋਜੀ ਨੂੰ ਫੋਲੋ ਕਰੋ। ਉਹ ਬੰਦਾ ਕੀ ਚਾਹੁੰਦਾ ਸੀਗਾ, ਕੀ ਚਾਹੁੰਦਾ ਸੀ ਉਹ ਬੰਦਾ, ਸੁਧਾਰ ਚਾਹੁੰਦਾ ਸੀਗਾ, ਹਨਾ, ਸੁਧਾਰ ਹੀ ਚਾਹੁੰਦਾ ਸੀ ਸਰਕਾਰਾਂ ਦੇ ਵਿੱਚ, ਇੰਡਸਟਰੀ ਦੇ ਵਿੱਚ ਜਾਂ ਹੋਰ ਚੀਜ਼ਾਂ ਦੇ ਵਿੱਚ ਵੀ, ਉਹ ਸੁਧਾਰ ਚਾਹੁੰਦਾ ਸੀ, ਉਹਦੀ ਆਈਡੀਓਲੋਜੀ ਕਿਤੇ ਨਾ ਕਿਤੇ ਟੂ ਪੱਕ ਟਾਈਪ ਸ਼ਿਟ। ਟੂ ਪੱਕ ਕੀ ਚਾਹੁੰਦਾ ਸੀ, ਲੋਕਾਂ ਨੂੰ ਉਹਦੇ ਗਾਣੇ ਪਤਾ, ਉਹਨੇ 500 ਮਿਲੀਅਨ ਰੈਕਰਡਸ ਵੇਚੇ, ਆਹ ਕੀਤਾ ਉਹ ਕੀਤਾ, ਬਟ ਉਹ ਕੀ ਚਾਹੁੰਦਾ ਸੀਗਾ, ਐਟ ਦੀ ਐਂਡ ਬਲੈਕ ਕਮਿਊਨਿਟੀ ਨੂੰ ਉੱਤੇ ਲੈ ਕੇ ਆਉਣਾ ਚਾਹੁੰਦਾ ਸੀ, ਬਲੈਕ ਕਮਿਊਨਿਟੀ ਨੂੰ ਇਕੱਠੇ ਰੱਖਣਾ ਚਾਹੁੰਦਾ ਸੀਗਾ, ਇਕੱਠੇ ਚੱਲਣਾ ਚਾਹੁੰਦਾ ਸੀ ਬਲੈਕ ਕਮਿਊਨਿਟੀ ਦੇ ਨਾਲ, ਸਭ ਨੂੰ ਇਕੱਠੇ ਉਹ ਕਰਨਾ ਚਾਹੁੰਦਾ ਸੀ। ਅਤੇ ਉਹੀ ਚੀਜ਼ ਸਿੱਧੂ ਦੀ ਹੈ, ਸਾਰੇ ਉਹਦੀਆਂ ਫੋਟੋਆਂ ਪਾ ਰਿਹਾ ਟੂ ਪੱਕ ਦੇ ਨਾਲ, ਐਂ ਯਾ ਦੈਟਸ ਟਰੂ, ਤੁਹਾਡਾ ਤੁਸੀਂ ਉਹ ਚੀਜ਼ ਫੀਲ ਕੀਤੀ, ਦੈਟਸ ਗੁੱਡ, ਕਿ ਵਧੀਆ ਕਰ ਰਹੇ ਹੋ ਸਾਰੇ, ਹਨਾ, ਆਪਣਾ ਸਾਰਾ ਆਵਾਮ ਇਕੱਠਾ ਹੋਇਆ, ਹੁਣ ਆਪਣੀ ਪੰਜਾਬੀਅਤ ਸਾਰੀ ਇਕੱਠੀ ਆ, ਐਟਲੀਸਟ ਇੱਕ ਪੁਆਇੰਟ 'ਤੇ ਤਾਂ ਇਕੱਠੀ ਹੈ ਕਿ ਸਾਰੇ ਸਿੱਧੂ ਨੂੰ, ਸਿੱਧੂ ਪ੍ਰਤੀ ਸਭ ਦੇ ਦਿਲ 'ਚ ਕਿਤੇ ਨਾ ਕਿਤੇ ਕੋਈ ਦੁੱਖ ਆ, ਕਿਤੇ ਨਾ ਕਿਤੇ ਕੋਈ ਰੋਸ ਆ, ਕਿਤੇ ਨਾ ਕਿਤੇ ਸ਼ਰਧਾਂਜਲੀ ਆ, ਹਨਾ, ਸਾਰੀ ਕਮਿਊਨਿਟੀ ਇਕੱਠੀ ਆ, ਬਟ ਫਿਰ ਵੀ ਆਪਾਂ ਡਿਸਟਰੈਕਟਿਡ ਆ, ਫਿਰ ਵੀ ਆਪਾਂ ਡਿਸਟਰੈਕਟਿਡ ਆ ਹਜੇ ਵੀ। ਆਪਾਂ ਨੂੰ ਮੇਨ ਮੁੱਦੇ 'ਤੇ ਫੋਕਸ ਦੇਣਾ ਚਾਹੀਦਾ ਬਾਈ, ਮੇਨ ਮੁੱਦੇ 'ਤੇ, ਸਰਕਾਰਾਂ ਤੋਂ ਦੂਰ ਨਾ ਜਾਓ, ਉਹਨਾਂ 'ਤੇ ਗੌਰ ਰੱਖੋ, ਉਹਨਾਂ ਨੂੰ ਸਿੱਧੇ ਕਰਕੇ ਰੱਖੋ। ਹੁਣ ਬਹੁਤ ਜਣੇ ਕਹਿ ਦੇਣਗੇ ਕਿ ਮੈਂ ਕੈਨੇਡਾ ਬੈਠਾ ਆ, ਬੈਠਾ ਉਹ ਬੈਠਾ, ਮੈਂ ਵੀ ਪੰਜਾਬ 'ਚ ਜੰਮਿਆ ਬਰੋ, ਕੱਲ੍ਹ ਨੂੰ ਮੈਂ ਵੀ ਪੰਜਾਬ 'ਚ ਆਪਦੀ ਜਿੱਥੇ ਮੈਂ ਜੰਮਿਆ ਵਾਂ ਉੱਥੇ ਮੁੜ ਕੇ ਜਾਣਾ ਵਾਂ, ਮੇਰੇ ਬੱਚੇ ਜਾਣਗੇ ਕੱਲ੍ਹ ਨੂੰ ਉੱਥੇ, ਹਨਾ। ਤਾਂ ਮੈਂ ਚਾਹੁੰਦਾ ਕਿ ਪੰਜਾਬ ਸ਼ੁੱਡ ਬੀ ਅ ਬੈਟਰ ਪਲੇਸ ਟੂ ਲਿਵ। ਮੈਨੂੰ ਕੋਈ ਤਾਲੀਆਂ ਤੂਲੀਆਂ ਨਹੀਂ ਚਾਹੀਦੀਆਂ ਤੁਹਾਡੀਆਂ, ਮੈਂ ਜਸਟ ਆਪਦੀ ਗੱਲ ਸ਼ੇਅਰ ਕਰ ਰਿਹਾ ਵਾਂ, ਸਿੱਧੂ ਵਾਲੀ ਗੱਲ, ਕਿ ਮੈਂ ਬਾਹਲਾ ਬੜ ਬੋਲਾਂ, ਮੈਂ ਸਿੱਧਾ ਚੱਲਦਾ ਤਾਂ ਮੈਂ ਸਿੱਧਾ ਹੀ ਚੱਲ ਰਿਹਾ ਇੱਕ ਹਿਸਾਬ ਨਾਲ, ਠੀਕ ਹੈ। ਇਹ ਟ੍ਰਿਬਿਊਟ ਟਵਿੱਟਰ ਬੈਠੇ, ਇਹ ਗੱਲਾਂ ਬਰਸਾਤੀ ਡੱਡੂਆਂ ਵਰਗੀਆਂ ਨੇ, ਅੱਜ ਨਹੀਂ ਤਾਂ ਕੱਲ੍ਹ ਇਹ ਚੀਜ਼ ਠੰਡੀ ਹੋ ਜਾਣੀ ਹੈ। ਆਈਡੀਓਲੋਜੀ ਫੋਲੋ ਕਰੋਗੇ ਤਾਂ ਟਿਲ ਐਂਡ
ਕਿੰਨੇ ਮੁੰਡੇ ਲਾਈਕ ਸਿੱਧੂ ਨੂੰ ਯੂਥ ਫੋਲੋ ਕਰਦਾ ਸੀਗਾ, ਕਿੰਨੇ ਮੁੰਡੇ ਲਾਈਕ ਆਮ 23 23 ਸਾਲਾਂ ਦੀ ਉਮਰ ਆ ਮੇਰੀ, ਮੈਂ ਆਪਦੇ ਆਪ ਨੂੰ ਪਰਫੈਕਟ ਨਹੀਂ ਕਹਿੰਦਾ, ਮੇਰੇ ਚ ਵੀ ਬਹੁਤ ਕਮੀਆਂ ਹੋਣੀਆਂ, ਪਰ ਜੇ ਮੈਂ ਉਹਦੀ ਸੋਚ ਨੂੰ ਕਿਤੇ ਨਾ ਕਿਤੇ ਕੈਚ ਕੀਤਾ ਕਿ ਯਾਰ ਲਿਟਰਲੀ ਉਹ ਬੰਦਾ ਕਿਤੇ ਨਾ ਕਿਤੇ ਤਾਂ ਸੁਧਾਰ ਕਰ ਰਿਹਾ ਸੀਗਾ, ਹਾਂ ਉਹਦੀ ਸੀਗੀ ਹਜੇ ਜਿਵੇਂ ਕਹਿੰਦੇ ਨੇ ਬੂਟਾ ਉੱਗਣ ਲੱਗਿਆ ਸੀਗਾ, ਉਹ ਕਰ ਰਿਹਾ ਸੀ ਬੰਦਾ ਉਹ ਚੀਜ਼, ਤੇ ਉਹਨੇ ਕਰਨੀ ਵੀ ਸੀ ਜੇ ਉਹ ਗਾਹ ਜਾਂਦਾ, ਹਨਾ। ਮੇਰੇ ਵੱਲੋਂ ਕੋਈ ਟ੍ਰਿਬਿਊਟ ਨਹੀਂ ਆ ਰਿਹਾ, ਕੋਈ ਕੁਛ ਨਹੀਂ ਆ ਰਿਹਾ, ਮੈਨੂੰ ਕਮੈਂਟਾਂ ਦੇ ਵਿੱਚ ਕੋਈ ਕਹਿਣ ਦੀ ਲੋੜ ਨਹੀਂ, ਮੈਨੂੰ ਮੈਸੇਜਾਂ ਦੇ ਵਿੱਚ ਬਾਈ ਤੂੰ ਟ੍ਰਿਬਿਊਟ ਨਹੀਂ ਕਰਦਾ, ਇੱਥੋਂ ਪਤਾ ਲੱਗਦਾ ਤੂੰ ਉਹਨੂੰ ਹੇਟ ਕਰਦਾ, ਠੀਕ ਆ ਬਾਈ ਮੈਂ ਹੇਟ ਕਰਦਾ, ਮੈਂ ਸਿੱਧੂ ਨੂੰ ਡਿਸ ਕੀਤਾ ਹੈਕ ਦੇ ਜ਼ੋਰ ਤੇ ਕਹਿੰਦਾ, ਠੀਕ ਹੈ, ਪਰ ਮੈਂ ਹੈਕ ਦੇ ਜ਼ੋਰ ਤੇ ਇੱਕ ਹੋਰ ਗੱਲ ਕਹਿੰਦਾ ਕਿ ਮੈਂ ਉਹਦੀ ਆਈਡੀਓਲੋਜੀ ਨੂੰ ਸਮਝ ਗਿਆ ਕਿਤੇ ਨਾ ਕਿਤੇ, ਉਹ ਬੰਦਾ ਕੀ ਚਾਹੁੰਦਾ ਸੀ। ਤੁਹਾਨੂੰ ਸਮਝਣ ਦੀ ਲੋੜ ਆ ਬਾਈ, ਮੈਨੂੰ ਮੈਂ ਦੇਖੇ ਕਮੈਂਟਾਂ ਕਮੁੰਟਾਂ, ਮੈਂ ਮੈਸੇਜ ਮੂਸੇਜ ਪੜ੍ਹਦਾ ਰਹਿੰਦਾ, ਸਾਰੇ ਪੜ੍ਹਦੇ ਆ ਬਰੋ, ਸਾਰੇ ਪੜ੍ਹਦੇ, ਕੌਣ ਨਹੀਂ ਪੜ੍ਹਦਾ, ਹਨਾ। 13-13 14-14 ਸਾਲਾਂ ਦੇ ਜਵਾਕ, 13-13 14-14 15-15 ਸਾਲਾਂ ਦੇ ਜਵਾਕ ਜਿਹਨਾਂ ਤੇ ਜਵਾਨੀ ਵੀ ਨਹੀਂ ਚੜੀ, ਫੁੱਲ ਬੋਲ ਰਹੇ ਉਹਨਾਂ ਨੂੰ ਪੂਰਾ ਰੋਸ ਆ, ਐ ਆ ਉਹ ਆ, ਵਧੀਆ। ਮੈਂ ਉਹਨਾਂ ਦੀ ਥਾਂ ਤੇ ਹੁੰਦਾ, ਮੈਂ ਕਿਸੇ ਨੂੰ ਇੰਨਾ ਡੀਪਲੀ ਪਿਆਰ ਕਰਦਾ ਹੁੰਦਾ ਤਾਂ ਮੈਂ ਵੀ ਕਹਿੰਦਾ, ਹਨਾ, ਉਹ ਵੀ ਸਹੀ ਨੇ, ਉਹ ਗਲਤ ਨਹੀਂ ਹੈ। ਬਟ ਮੈਂ ਤੁਹਾਨੂੰ ਹੀ ਕਹਿਣਾ ਬਰੋ, ਮੈਂ ਤੁਹਾਡੇ ਤੋਂ ਵੱਡਾ ਵਾਂ, ਤੁਸੀਂ ਮੇਰੇ ਛੋਟੇ ਭਰਾ ਮਾਰ ਗਏ, ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੁੰਦਾ ਕਿ ਤੁਸੀਂ ਉਹਦੀ ਆਈਡੀਓਲੋਜੀ ਨੂੰ, ਉਹਦੀ ਜਿਹੜੀ ਸੋਚ ਸੀ ਨਾ, ਉਹਨੂੰ ਮਾੜਾ ਜਿਹਾ ਪੜ੍ਹ ਕੇ ਦੇਖੋ, ਜਾਂ ਫਿਰ ਉਹਨੂੰ ਮਾੜਾ ਜਿਹਾ ਸਮਝ ਕੇ ਦੇਖੋ। ਜਦੋਂ ਤੁਸੀਂ ਮੇਰੀ ਉਮਰ 'ਚ ਪਹੁੰਚੋਗੇ, 23-24 ਸਾਲਾਂ ਦੀ ਉਮਰ 'ਚ, ਇੱਕ ਹਰ ਇੱਕ ਪਿੰਡ 'ਚ ਹਰ ਇੱਕ ਘਰ 'ਚ ਇੱਕ ਸਿੱਧੂ ਮੂਸੇ ਵਾਲਾ ਹੋ, ਹਰ ਇੱਕ ਘਰ 'ਚ ਇੱਕ ਕੀ ਦੋ ਦੋ ਤਿੰਨ ਤਿੰਨ ਜਿੰਨੇ ਜਿੰਨੇ ਮੁੰਡੇ ਹੋਣਗੇ ਸਾਰੇ ਸਿੱਧੂ ਮੂਸੇ ਵਾਲੇ ਹੋਣਗੇ।